ਦੇਖੋ ਕੌਮੀ ਇਨਸਾਫ ਮੋਰਚਾ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਦੀ ਦਰੋਹਾਂ 'ਤੇ ਲੱਗਿਆ। ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਵੀ ਸੰਗਤਾਂ ਇਸ ਆਪ ਮੁਹਾਰੇ ਸ਼ਾਮਿਲ ਹੋ ਰਹੀਆਂ ਇਸ 'ਚ, ਕਿਉਂਕਿ ਕੌਮ ਅੱਜ ਆਪਣਾ ਫਰਜ਼ ਸਮਝ ਚੁੱਕੀ ਹੈ ਵੀ ਇਹ ਸਾਡਾ ਇਖਲਾਕੀ ਫਰਜ਼ ਹੈ। ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਬਦੀਆਂ ਦਾ ਇਨਸਾਫ ਲੈਣ ਲਈ ਅਤੇ ਬਹਿਬਲ ਕਲਾਂ ਕਾਂਡ ਦੇ ਸ਼ਹੀਦਾਂ ਦਾ ਇਨਸਾਫ ਲੈਣ ਲਈ, ਉੱਥੇ ਹੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਰਚਾ ਲੱਗਿਆ, ਕੌਮ ਇਸ ਨੂੰ ਆਪਣਾ ਫਰਜ਼ ਸਮਝ ਚੁੱਕੀ ਹੈ। ਇਸ ਲਈ ਕੌਮ ਆਪਣੇ ਸਾਧਨਾਂ ਰਾਹੀਂ ਆਪਣੇ ਆਪ ਮੁਹਾਰੇ ਇਸ 'ਚ ਸ਼ਾਮਿਲ ਹੋਣ ਜਾ ਰਹੀ ਹੈ ਅਤੇ ਇਸ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸਭ ਤੋਂ ਵੱਡੀ ਪ੍ਰਾਪਤੀ ਇਹਦੀ 26 ਜਨਵਰੀ ਨੂੰ ਜੋ ਅਸੀਂ ਇੱਕ ਗਣਤੰਤਰ ਦਿਵਸ ਜਿਸ ਦਿਨ ਸਰਕਾਰਾਂ ਮਨਾਉਣੀਆਂ, ਇਹ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ ਨੂੰ, ਪਰੰਤੂ ਉਸ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾਇਆ ਅਤੇ ਇੱਕ ਰੋਸ ਮਾਰਚ ਕੱਢਿਆ ਗਿਆ ਸੀ ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਹੁੰਦਾ ਹੋਇਆ, ਤਕਰੀਬਨ 19-20 ਕਿਲੋਮੀਟਰ ਦਾ ਪਿੰਡਾਂ ਤੈਅ ਕਰਦਾ ਹੋਇਆ ਵਾਪਸੀ ਹੋਈ ਹੈ। ਉਸ ਰੋਸ ਮਾਰਚ 'ਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ, ਫਿਰ ਇੱਕ ਜਾਬਤੇ 'ਚ ਰਹਿ ਕੇ, ਬਹੁਤ ਅਨੁਸ਼ਾਸਨ 'ਚ ਰਹਿ ਕੇ ਉਹ ਮੋਰਚਾ ਰੋਸ ਮਾਰਚ ਕੱਢਿਆ ਗਿਆ। ਸੋ ਜਿੱਥੇ ਸਰਕਾਰਾਂ ਨੂੰ ਵੱਡਾ ਉਸ ਤੋਂ ਸਮਝ ਲੈਣਾ ਚਾਹੀਦਾ ਵੀ ਕੌਮ ਜਾਗ ਚੁੱਕੀ ਹੈ, ਜਿੱਥੇ ਇੱਕ ਕੌਮ ਦਾ ਮਸਲਾ ਉੱਥੇ ਦੂਜੇ ਫਿਰਕਿਆਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੇ ਹੈ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਹੈ, ਭਾਵੇਂ ਉਹ ਹਿੰਦੂ ਭਰਾ ਹੈ ਭਾਵੇਂ ਮੁਸਲਿਮ ਭਰਾ ਹੈ, ਇਸ ਕੌਮੀ ਇਨਸਾਫ਼ ਮੋਰਚੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਜਾ ਰਹੇ ਹੈ। ਸੋ ਇਹ ਇਸ ਕੌਮੀ ਇਨਸਾਫ਼ ਮੋਰਚੇ ਦੀ ਬਹੁਤ ਵੱਡੀ ਪ੍ਰਾਪਤੀ ਹੈ। ਬਾਪੂ ਜੀ, ਸਰਕਾਰਾਂ ਦੇ ਨਾਲ ਕੋਈ ਤਾਲਮੇਲ ਹੋਇਆ, ਕੋਈ ਸਰਕਾਰ ਦਾ ਨੁਮਾਇੰਦਾ ਜਾਂ ਤੁਹਾਡੇ ਕੋਲ ਆਇਆ ਹੋਵੇ? ਨਹੀਂ, ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆਇਆ, ਜਿਹੜੇ ਛੋਟੇ ਮੋਟੇ ਆਉਂਦੇ ਆ ਕੋਈ ਉਹਨਾਂ ਨਾਲ ਅਸੀਂ ਗੱਲ ਕਰਨ ਨੂੰ ਆਉਂਦੀ, ਕਿਉਂਕਿ ਜਿਹਨਾਂ ਮੁੱਦਿਆਂ 'ਤੇ ਅਸੀਂ ਸਰਕਾਰਾਂ ਨਾਲ 3 ਮੁੱਦੇ ਸੰਬੰਧਿਤ ਹੈ, ਸਪਸ਼ਟ ਕਰਤੇ ਸਰਕਾਰਾਂ ਨੂੰ ਵੀ ਜਦੋਂ ਤੱਕ ਇਹਨਾਂ ਬਾਰੇ ਤੁਸੀਂ ਸੰਸੀਅਰ ਹੋ ਕੇ ਇਹਨਾਂ ਨੂੰ ਅਮਲ 'ਚ ਨਹੀਂ ਲਿਆਉਂਦੇ ਉਦੋਂ ਤੱਕ ਅਸੀਂ ਗੱਲਬਾਤ ਵੀ ਕਰਨ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਰਕਾਰ ਵੱਲੋਂ ਅਜੇ ਤੱਕ ਵੱਡੇ ਲੈਵਲ 'ਤੇ ਕੋਈ ਸਾਨੂੰ ਸੁਨੇਹਾ ਨਹੀਂ ਆਇਆ। ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਪੇਸ਼ੀ ਨੂੰ ਲੈ ਕੇ ਵੀ ਮਸਲਾ ਕਾਫੀ ਗਰਮਾਇਆ ਹੋਇਆ ਹੈ, ਅਤੇ ਕੀ ਗੱਲਬਾਤ ਹੋਈ ਆ? ਕਿਉਂਕਿ ਪਿਛਲੀ ਵਾਰ ਵੀ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਣਾ ਸੀ ਉਹ ਵੀ ਜਿਹੜੀ ਆ ਕਿ ਨਹੀਂ ਪੇਸ਼ ਕੀਤਾ ਗਿਆ, ਪੰਜਾਬ ਪੁਲਿਸ ਵੱਲੋਂ ਇੱਥੇ ਨਹੀਂ ਲਿਆਂਦਾ ਗਿਆ, ਸੋ ਅੱਗੇ ਕੀ ਗੱਲਬਾਤ ਹੋਈ ਆ? ਦੇਖੋ, ਇਹ ਸਰਕਾਰਾਂ ਦੀ ਬਦਨੀਤੀ ਆ, ਜਿਹੜੀ ਉਹਨਾਂ ਨੂੰ ਤਰੀਕ 'ਤੇ ਜਦੋਂ ਕਿ ਕੋਰਟ ਵੱਲੋਂ ਪ੍ਰੋਡਕਸ਼ਨ ਵਾਰੰਟ ਉੱਥੇ ਭੇਜੇ ਜਾਂਦੇ ਆ, ਜਿਹੜੇ 'ਚ ਉਹਨਾਂ ਦਾ ਫਰਜ਼ ਬਣਦਾ ਵੀ ਉੱਥੇ ਤੋਂ ਲਿਆ ਕੇ ਪੇਸ਼ ਕਰਨ ਤਾਂ ਕਿ ਉਹ ਆਪਣੇ ਕੇਸਾਂ ਦੀ ਪੈਰਵਹੀ ਕਰ ਸਕਣ, ਪਰੰਤੂ ਬਣਦਾ ਤਾਂ ਉਹਨਾਂ ਦਾ 2015 ਤੋਂ ਬਾਅਦ ਹੈ, ਜਦੋਂ 2 ਵਾਰੀ ਹਾਈਕੋਰਟ ਤੋਂ ਆਰਡਰ ਵੀ ਕਰਾਏ ਵੀ ਇਹਨਾਂ ਦਾ ਜਦੋਂ ਦਿੱਲੀ 'ਚ ਕੋਈ ਕੇਸ ਨਹੀਂ, ਇਹਨਾਂ ਨੂੰ ਪੰਜਾਬ ਤਬਦੀਲ ਕੀਤਾ ਜਾਏ, ਪਰੰਤੂ ਸਰਕਾਰਾਂ ਦੀ ਇਹੀ ਤਾਂ ਜਿਹੜਾ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ, ਉਹ ਇਸ ਕਰਕੇ ਜਿਹੜਾ ਸਿੱਖਾਂ ਨੂੰ ਫਰਜ਼ ਕਰੋ ਇਨਸਾਫ਼ ਨਹੀਂ ਦੇ ਰਹੀਆਂ, ਸਿੱਖਾਂ ਵਾਸਤੇ ਕਾਨੂੰਨ ਹੋਰ ਹੈ, ਬਹੁ ਗਿਣਤੀ ਵਾਸਤੇ ਹੋਰ ਹੈ, ਸੋ ਸਾਨੂੰ ਜਿਹੜੇ ਕਾਨੂੰਨੀ ਅਧਿਕਾਰ ਹੈ ਉਹਨਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ, ਇਹ ਸਰਕਾਰਾਂ ਦੀਆਂ ਬਹੁਤ ਗਲਤ ਨੀਤੀਆਂ। ਅਤੇ 2013 ਵਿੱਚ ਅੰਬ ਸਾਹਿਬ ਭੁੱਖ ਹੜਤਾਲ ਚੱਲੀ ਸੀਗੀ, ਉਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਂ ਜਿਹੜਾ ਮੋਰਚਾ ਚੱਲਿਆ ਸੀ, ਕੁਝ ਪ੍ਰਾਪਤੀ ਹੋਈ ਸੀ ਅਤੇ ਕੁਝ ਪ੍ਰਾਪਤੀਆਂ ਰਹਿ ਗਈਆਂ ਸਨ, ਕੀ ਉਹ ਇਸ ਮੋਰਚੇ ਦੇ ਨਾਲ ਪ੍ਰਾਪਤੀਆਂ ਹੋ ਜਾਣਗੀਆਂ ਇਸ ਵਕਤ? ਦੇਖੋ, ਜਿਹੜਾ 2013 ਵਿੱਚ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਇੱਥੇ ਮਰਨ ਵਰਤ ਰੱਖਿਆ ਸੀ ਉਹ ਤਕਰੀਬਨ 60-62 ਦਿਨ ਚੱਲਿਆ, ਉਦੋਂ ਵੀ ਪੰਥਕ ਸਰਕਾਰ ਸੀ, ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਉਹਨਾਂ ਨੇ ਤਖਤਾਂ ਦੇ ਜਹਿਦਾਰਾਂ ਨੂੰ ਭੇਜ ਕੇ ਸ਼੍ਰੀ ਅਕਾਲ ਤਖਤ ਦਾ ਜਹਿਦਾਰ ਅਤੇ ਤਖਤ ਸ੍ਰੀ ਦਮਦਮਾ ਆਪਣੇ ਅਨੰਦਪੁਰ ਕੇਸਗੜ੍ਹ ਸਾਹਿਬ ਦੇ ਜਹਿਦਾਰ, ਉਹਨਾਂ ਨੇ ਆ ਕੇ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਖਿਲਾਇਆ ਸੀ, ਵਾਅਦਾ ਕਰਿਆ ਸੀ ਵੀ ਜਿਨ੍ਹਾਂ ਸਿੰਘਾਂ ਨੂੰ ਅੱਜ ਪਰੋਲ 'ਤੇ ਭੇਜਿਆ ਜਾ ਰਿਹਾ 1 ਮਹੀਨੇ 'ਚ ਉਹਨਾਂ ਦੀ ਪੱਕੀ ਰਿਹਾਈ ਹੋਏਗੀ, ਪਰੰਤੂ ਇਹ ਜਿੱਥੇ ਉਸ ਸਰਕਾਰ ਨੇ ਉਸ ਵਾਅਦੇ ਨੂੰ ਪੂਰਾ ਨਹੀਂ ਕੀਤਾ, ਉੱਥੇ ਤਖਤਾਂ ਦੇ ਜਹਿਦਾਰਾਂ ਨੇ ਵੀ ਉਹਨੂੰ ਪੂਰਾ ਜਿਸ ਤਰ੍ਹਾਂ ਉਹਨਾਂ ਨੇ ਵਾਅਦਾ ਕੀਤਾ ਸੀ ਉਹਨੂੰ ਨਿਭਾਇਆ ਨਹੀਂ। ਇਸ ਕਰਕੇ ਤਖਤਾਂ ਤੋਂ ਵੀ ਜਦੋਂ ਇਸ ਤਰ੍ਹਾਂ ਦੇ ਗਲਤ ਫੈਸਲੇ, ਉਹਦਾ ਮਰਨ ਵਰਤ ਖਿਲਾਇਆ ਗਿਆ,
ਉਹਨੂੰ ਅਮਲ 'ਚ ਨਹੀਂ ਲਿਆਉਂਦਾ, ਸਰਕਾਰ ਤੋਂ ਪੂਰੇ ਨਹੀਂ ਕਰਾਏ ਉਹ ਵਾਅਦੇ, ਨਿਰਾਸ਼ਾ ਪੈਦਾ ਹੁੰਦੀ ਹੈ। ਅਤੇ ਹੁਣ ਕੱਲ੍ਹ ਜਿਹੜੇ ਆਖਰੀ ਸਵਾਲ ਹੈ, ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਵੀ ਇੱਥੇ ਪਹੁੰਚੇ ਸੀ ਅਤੇ ਸਿਮਰਨਜੀਤ ਸਿੰਘ ਮਾਨ ਵੀ ਇੱਥੇ ਪਹੁੰਚੇ ਨੇ, ਸੋ ਹੁਣ ਜਿਹੜੀ ਰੂਪ ਰੇਖਾ ਆ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗ ਰਹੀ ਆ, ਅਤੇ ਜਿਹੜਾ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਉਹ ਕਿਸ ਤਰ੍ਹਾਂ ਇਸ ਸਾਰੇ ਨੂੰ ਦੇਖ ਰਹੇ ਨੇ? ਦੇਖੋ, ਜਿਹੜਾ ਕੱਲ੍ਹ ਇੱਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਆ, ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਪਹੁੰਚਿਆ, ਉਹਦੇ ਨਾਲ ਵੀ ਬਹੁਤ ਵੱਡਾ ਕਾਫਲਾ ਇੱਥੇ ਪਹੁੰਚਿਆ, ਜਿਨ੍ਹਾਂ ਨੇ ਇਸ ਕੌਮੀ ਇਨਸਾਫ ਮੋਰਚੇ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ, ਹਾਜ਼ਰੀ ਲਵਾਈ ਹੈ ਇੱਥੇ। ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹੈ, ਉਹਨਾਂ ਨੇ ਵੀ ਇਸ ਮੋਰਚੇ ਦੀ ਸਪੋਰਟ ਕੀਤੀ ਹੈ, ਅਤੇ ਭਾਈ ਬਲਦੇਵ ਸਿੰਘ ਬਡਾਲਾ ਵੀ ਪਹੁੰਚੇ ਹੈ। ਇਸ ਕਰਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹੁਣ ਆਉਣ ਵਾਲੇ ਇੱਕ ਦੋ ਦਿਨਾਂ 'ਚ ਬਹੁਤ ਵੱਡੀ ਪੱਧਰ 'ਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹੈ, ਅਤੇ ਵੱਖ ਵੱਖ ਜਥੇ ਕਿਸਾਨ ਜਥੇਬੰਦੀਆਂ ਦੇ, ਨਿਹੰਗ ਜਥੇਬੰਦੀਆਂ ਦੇ, ਕਾਰ ਸੇਵਾ ਸੰਪਰਦਾਵਾਂ ਦੇ ਮੁਖੀ ਇੱਥੇ ਪਹੁੰਚ ਰਹੇ ਹੈ। ਸੋ ਇਸ ਮੋਰਚੇ ਨੂੰ ਬਹੁਤ ਵੱਡਾ ਹਲਾਰਾ ਮਿਲ ਰਿਹਾ, ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਨੇ ਬਹੁਤ ਵੱਡੇ ਪੱਧਰ 'ਤੇ ਇੱਥੇ ਹਾਜ਼ਰੀ। ਹੋਰ ਕੋਈ ਖਾਸ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ? ਨਹੀਂ, ਬਸ ਸੰਗਤਾਂ ਨੂੰ ਇਹੀ ਅਪੀਲ ਹੈ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਉਹਨਾਂ ਦਾ ਕੌਮੀ ਫਰਜ਼ ਬਣਦਾ, ਉਸ ਕੌਮੀ ਫਰਜ਼ ਨੂੰ ਸਮਝਦੇ ਹੋਏ ਇੱਥੇ ਵੱਧ ਤੋਂ ਵੱਧ ਹਾਜ਼ਰੀ ਲਵਾਉਣ ਅਤੇ ਇਸ ਵਿੱਚ ਆਪਣਾ ਯੋਗਦਾਨ।